ਸਤਿ ਸ਼੍ਰੀ ਅਕਾਲ, ਮੈਂ ਹਰਪ੍ਰਤਪਾਲ ਸਿਆਨ ਐਂਡ ਵੈਲਕਮ ਟੂ ਅਮੀਰਨ ਵਰਲਡ ਐਂਡ ਵੈਲਕਮ ਟੂ ਕਹਾਣੀਆਂ ਜੋ ਕਹਾਣੀਆਂ ਨਹੀਂ। ਅੱਜ ਅਵਤਾਰ ਸਿੰਘ ਪਾਸ਼ ਦੀ ਗਜ਼ਲ, ਅਕਸਰ ਉਹਨਾਂ ਦੇ ਕਵਿਤਾਵਾਂ ਆਪਾਂ ਕਹਾਣੀਆਂ ਜੋ ਕਹਾਣੀਆਂ ਵਿੱਚ ਸ਼ੇਅਰ ਕਰਦੇ ਹਾਂ, ਪਰ ਅੱਜ ਉਹਨਾਂ ਦੀ ਇੱਕ ਗਜ਼ਲ ਹੈ, ਵਨ ਆਫ ਮਾਈ ਫੇਵਰੇਟ, ਕਿਉਂਕਿ ਇਸ ਗਜ਼ਲ ਦੇ ਵਿੱਚ ਉਹਨਾਂ ਨੇ ਪਿਆਰ ਦਾ ਇਜ਼ਹਾਰ ਕਿਸੇ ਮੁਟਿਆਰ ਦੇ ਲਈ ਨਹੀਂ ਕੀਤਾ, ਕਿਸੇ ਪਰਟੀਕੁਲਰ ਚੀਜ਼ ਨੂੰ ਰੱਖ ਕੇ ਨਹੀਂ ਕੀਤਾ। ਤੁਸੀਂ ਕਿਸ ਜਿਸ ਦੇ ਨਾਲ ਵੀ ਮੁਹੱਬਤ ਕਰਦੇ ਹੋ, ਤੁਸੀਂ ਉੱਥੇ ਉਹਨੂੰ ਰਿਲੇਟ ਕਰ ਸਕਦੇ ਹੋ। ਸਿਚੁਏਸ਼ਨ ਉਹਨਾਂ ਨੇ ਬਿਆਨ ਕੀਤੀ ਆਪਣੀ ਗਜ਼ਲ ਦੇ ਵਿੱਚ, ਜਦੋਂ ਮੈਨੂੰ ਲੱਗਦਾ ਇਨਸਾਨ ਬਗਾਵਤ 'ਤੇ ਉਤਰਦਾ ਆ ਅਤੇ ਸ਼ਾਇਦ ਉਹਦੇ ਅਹਿਸਾਸ ਹੁੰਦੇ ਹੋਣਗੇ। ਜਿਵੇਂ ਅਵਤਾਰ ਸਿੰਘ ਪਾਸ਼ ਲਿਖਦੇ ਨੇ, ਜੇ ਸਵੇਰ ਨਹੀਂ ਤਾਂ ਹੁਣ ਸ਼ਾਮ ਦੇਣਾ ਪਵੇਗਾ, ਜੇ ਸਵੇਰ ਨਹੀਂ ਤਾਂ ਹੁਣ ਸ਼ਾਮ ਦੇਣਾ ਪਵੇਗਾ, ਸੂਰਜ ਦੇ ਕਤਲਾਂ ਨੂੰ ਵੀ ਇਲਜ਼ਾਮ ਦੇਣਾ ਪਵੇਗਾ। ਪੂਤਰੀ ਸ਼ੈਤਾਨਗੀ ਨੂੰ ਨੱਥ ਪਾਉਣੀ ਪਵੇਗੀ ਤੇ ਹਰ ਚੁਰਾਹੇ ਤੇ ਬਲੀ ਸ਼ੈਤਾਨ ਦੇਣਾ ਪਵੇਗਾ, ਇਨਸਾਨੀਅਤ ਦੇ ਸਫ਼ਰ ਉੱਤੇ ਤੁਰਦਿਆਂ ਹੋਇਆਂ। ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫਾਨ ਦੇ, ਦੀਵਿਆਂ ਨੂੰ ਸਿਦਕ ਦਾ ਪੈਗਾਮ ਦੇਣਾ ਪਵੇਗਾ, ਜੇ ਸਵੇਰ ਨਹੀਂ ਤਾਂ ਹੁਣ ਸ਼ਾਮ। ਥੈਂਕ ਯੂ ਫੋਰ ਵਾਚਿੰਗ ਕਹਾਣੀਆਂ ਜੋ ਕਹਾਣੀਆਂ ਨਹੀਂ। ਫੋਰ ਮੋਰ ਕਹਾਣੀਆਂ ਜੋ ਕਹਾਣੀਆਂ ਨਹੀਂ ਐਪੀਸੋਡਸ, ਡੂ ਸਬਸਕ੍ਰਾਈਬ ਅਮੀਰਨ ਵਰਲਡ ਐਂਡ ਪ੍ਰੈਸ ਦ ਬੈਲ ਆਈਕਨ ਫੋਰ ਦ ਨੋਟੀਫਿਕੇਸ਼ਨ। ਥੈਂਕ ਯੂ ਸੋ ਮੱਚ, ਐਂਡ ਪ੍ਰਮੋਟ ਲਵ, ਪ੍ਰਮੋਟ ਪੋਜ਼ਿਟਿਵਿਟੀ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਅਮੀਰਨ ਵਰਲਡ। ਥੈਂਕ ਯੂ।